ਡਾਕਟਰ ਵਿਜੇ ਅਗਰਵਾਲ ਦੀ ਪੁਸਤਕ ਹੈ ਲਾਈਫ ਮੰਤਰਾ। ਪਹਿਲਾ ਲੇਖ, ਵਿਅਕਤੀਗਤ ਸੁੱਖਾਂ ਤੋਂ ਛੁਟਕਾਰਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਡੇ ਦੇਸ਼ 'ਤੇ ਅੰਗਰੇਜ਼ਾਂ ਦਾ ਕਬਜ਼ਾ ਸੀ। ਇੰਗਲੈਂਡ ਦੇ ਇੱਕ ਸੁੰਦਰ ਸਜੇ ਹੋਏ ਕਮਰੇ ਵਿੱਚ 24 ਸਾਲਾਂ ਦਾ ਇੱਕ ਸ਼ਰਮੀਲਾ ਪਰ ਸਵੈ ਵਿਸ਼ਵਾਸ ਨਾਲ ਭਰਿਆ ਹੋਇਆ ਲੜਕਾ ਭਾਰਤ ਮੰਤਰੀ ਸ੍ਰੀ ES ਮਾਟੈਂਗੂ ਦੇ ਸਾਹਮਣੇ ਖੜ੍ਹਾ ਸੀ। ਕਮਰੇ 'ਚ ਚੁੱਪ ਚਾਂਦ ਸੀ। ਮਾਟੈਂਗੂ ਨੇ ਉਸ ਲੜਕੇ ਤੋਂ ਪੁੱਛਿਆ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੰਨੀ ਵੱਡੀ ਗਲਤੀ ਕਰਨ ਜਾ ਰਹੇ ਹੋ। ਉਸ ਲੜਕੇ ਨੇ ਤੁਰੰਤ ਹੀ ਜਵਾਬ ਦਿੱਤਾ, ਹਾਂ ਸ਼੍ਰੀਮਾਨ ਜੀ, ਮੈਂ ਚੰਗੀ ਤਰ੍ਹਾਂ ਜਾਣਦਾ ਕਿ ਮੈਂ ਕੀ ਕਰਨ ਜਾ ਰਿਹਾ। ਮੈਂ ICS ਤੋਂ ਅਸਤੀਫਾ ਦੇਣ ਜਾ ਰਿਹਾ। ਇਹ ਸੁਣਦਿਆਂ ਹੀ ਮਾਟੈਂਗੂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ, ਕਿਉਂਕਿ ਅੰਗਰੇਜ਼ੀ ਸਰਕਾਰ ਇੰਨੀ ਵੱਡੀ ਨੌਕਰੀ ਤੋਂ ਅਸਤੀਫਾ ਦੇਣਾ ਆਪਣੀ ਸਰਕਾਰ ਦੀ ਬੇਇੱਜ਼ਤੀ ਸਮਝਦੀ ਸੀ। ਉਹਨਾਂ ਨੇ ਇਹਨੂੰ ਉੱਪਰੋਂ ਥੱਲੇ ਤੱਕ ਪੂਰੀ ਤਰ੍ਹਾਂ ਘੂਰਿਆ। ਉਹਨਾਂ ਨੂੰ ਲੱਗਿਆ ਕਿ ਜਾਂ ਤਾਂ ਇਹ ਲੜਕਾ ਕਿਸੇ ਦੇ ਹੱਥੀਂ ਚੜ ਗਿਆ ਅਤੇ ਜਾਂ ਫਿਰ ਪੱਕੇ ਤੌਰ 'ਤੇ ਪਾਗਲ ਹੋ ਗਿਆ, ਨਹੀਂ ਤਾਂ ਭਲਾ ਭਾਰਤ ਦੀ ਇੰਨੀ ਸਭ ਤੋਂ ਵੱਡੀ ਨੌਕਰੀ ਨੂੰ ਕੋਈ ਕਿਵੇਂ ਛੱਡ ਸਕਦਾ ਹੈ। ਉਹਨਾਂ ਨੇ ਉਸ ਲੜਕੇ ਨੂੰ ਫਿਰ ਆਖਿਆ, ਤੁਸੀਂ ਕਿਉਂ ਪਾਗਲ ਹੋ ਰਹੇ ਹੋ? ਇਸ ਨੌਕਰੀ ਨੂੰ ਛੱਡਣ ਦੇ ਬਾਅਦ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰੋਗੇ? ਉਸ ਲੜਕੇ ਨੇ ਵੀ ਪੂਰੀ ਦ੍ਰਿੜਤਾ ਨਾਲ ਜਵਾਬ ਦਿੱਤਾ, ਸ਼੍ਰੀਮਾਨ ਜੀ, ਮੈਂ ਅਜੇ ਅਭਿਆਸ ਕਰ ਲਿਆ ਹੈ ਕਿ ਮੈਂ ਹਰ ਰੋਜ਼ ਸਿਰਫ 2 ਆਨਿਆਂ 'ਚ ਆਪਣਾ ਗੁਜ਼ਾਰਾ ਕਰ ਸਕਦਾ। ਉਹਦੀ ਇਹ ਗੱਲ ਸੁਣ ਕੇ ਭਾਰਤ ਮੰਤਰੀ ਝੱਕੇ ਰਹਿ ਗਏ, ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਮਾਟੈਂਗੂ ਨੇ ਫਿਰ ਪੁੱਛਿਆ, ਆਖਿਰ ਇਸ ਤਿਆਗ ਅਤੇ ਕਸ਼ਟ ਤੋਂ ਤੁਹਾਨੂੰ ਕੀ ਹਾਸਲ ਹੋਏਗਾ? ਲੜਕੇ ਨੇ ਬਿਨਾਂ ਕਿਸੇ ਝਿਜਕ ਦੇ ਜਵਾਬ ਦਿੱਤਾ, ਸ਼੍ਰੀਮਾਨ ਜੀ, ਸਿਰਫ ਤਿਆਗ ਅਤੇ ਕਸ਼ਟ ਸਹਿ ਸਕਣ ਦੀ ਧਰਾਤਲ 'ਤੇ ਹੀ ਕਿਸੇ ਵੀ ਮੁਲਕ ਦੀ ਤਰੱਕੀ ਦੀ ਨੀਂਹ ਰੱਖੀ ਜਾ ਸਕਦੀ ਹੈ। ਉਸ ਲੜਕੇ ਦਾ ਇਹ ਦ੍ਰਿੜ ਜਵਾਬ ਸੁਣ ਕੇ ਮੰਤਰੀ ES ਮਾਟੈਂਗੂ ਹੱਕੇ ਬੱਕੇ ਰਹਿ ਗਏ। ਉਹ ਲੜਕਾ ਭਾਰਤ ਮੰਤਰੀ ਨੂੰ ਨੌਕਰੀ ਤੋਂ ਆਪਣਾ ਅਸਤੀਫਾ ਸੌਂਪ ਕੇ ਭਾਰਤ ਵਾਪਸ ਆਇਆ, ਭਾਰਤ ਮਾਤਾ ਨੂੰ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲਈ। ICS ਇੰਡੀਅਨ ਸਿਵਲ ਸਰਵਿਸ, ਜੋ ਅੱਜ ਕੱਲ੍ਹ IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਆਖੀ ਜਾਂਦੀ ਹੈ, ਭਾਰਤ ਦੀ ਸਭ ਤੋਂ ਵੱਡੀ ਨੌਕਰੀ ਹੋਇਆ ਕਰਦੀ ਸੀ। ਇਸੇ ਨੌਕਰੀ ਵਾਲੇ ਅਧਿਕਾਰੀ ਤਹਿਸੀਲਦਾਰ ਅਤੇ ਕਮਿਸ਼ਨਰ ਬਣਾਏ ਜਾਂਦੇ ਸਨ। ਇਹ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਸੀ, ਇਮਤਿਹਾਨ ਸੀ। ਇਸ ਵਿੱਚੋਂ ਜ਼ਿਆਦਾਤਰ ਅੰਗਰੇਜ਼ ਲੜਕੇ ਹੀ ਸਫਲ ਹੁੰਦੇ ਸਨ। ਇੱਕਾ ਦੁੱਕਾ ਭਾਰਤੀ ਇਸ ਨੌਕਰੀ 'ਚ ਆਉਂਦੇ ਸਨ। ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਮਹੱਤਵਪੂਰਨ ਪ੍ਰੀਖਿਆ 'ਚ ਸਫਲ ਹੋ ਜਾਣ ਦੇ ਬਾਅਦ ਉਸ ਤੋਂ ਅਸਤੀਫਾ ਦੇਣ ਵਾਲਾ 24 ਸਾਲਾ ਨੌਜਵਾਨ ਕੌਣ ਸੀ? ਇਹ ਉਹੀ ਨੌਜਵਾਨ ਸੀ ਜਿਹਨੂੰ ਅਸੀਂ ਸਾਰੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਮ ਨਾਲ ਜਾਣਦੇ ਹਾਂ। ਅਗਲਾ ਲੇਖ, ਉਸ ਸਮੇਂ ਮੈਂ 3ਜੀ ਜਮਾਤ ਦਾ ਵਿਦਿਆਰਥੀ ਹੁੰਦਾ ਸੀ ਅਤੇ ਮੇਰੀ ਹਿੰਦੀ ਦੀ ਕਿਤਾਬ 'ਚ ਇੱਕ ਲੰਬੀ ਚੰਗੀ ਕਹਾਣੀ ਸੀ। ਦੁਖਦਾਈ ਗੱਲ ਇਹ ਕਿ ਮੈਨੂੰ ਉਹਦਾ ਸਿਰਲੇਖ ਯਾਦ ਨਹੀਂ, ਪਰ ਉਹ ਕਹਾਣੀ ਯਾਦ ਹੈ ਕਿਉਂਕਿ ਉਸ ਕਹਾਣੀ ਦੇ ਨਾਲ ਮੇਰੀ ਆਪਣੀ ਜ਼ਿੰਦਗੀ ਦੀ ਕਹਾਣੀ ਜੁੜ ਗਈ ਸੀ। ਕਹਾਣੀ ਸੀ ਇੰਜ ਕਿ ਕਿਸੇ ਦੂਰ ਦੁਰਾਡੇ ਦੇਸ਼ 'ਚ ਇੱਕ ਕਿਸ਼ਤੀ ਵਿੱਚ ਬੈਠ ਕੇ ਕੁਝ ਬੌਣੇ ਵਿਅਕਤੀ ਸਮੁੰਦਰ ਦੇ ਰਸਤੇ ਚੱਲਦੇ ਆਏ। ਉਹਨਾਂ ਅਜਨਬੀ ਵਿਅਕਤੀਆਂ ਦੇ ਕੋਲ ਇੱਕ ਜਾਦੂ ਦੀ ਚੁੱਕੀ ਸੀ। ਉਸ ਚੁੱਕੀ ਦੀ ਖਾਸੀਅਤ ਇਹ ਸੀ ਕਿ ਉਹਨੂੰ ਚਲਾ ਕੇ ਉਸ ਕੋਲੋਂ ਜੋ ਵੀ ਮੰਗਿਆ ਜਾਂਦਾ ਸੀ ਚੱਕੀ ਦੇ ਦਿੰਦੀ। ਉਹਨਾਂ ਕੋਲ ਜਾਦੂ ਦੀ ਚੱਕੀ ਸੀ। ਪਿੰਡ ਦੇ ਲੋਕਾਂ ਨੇ ਇਹਨਾਂ ਅਣਜਾਣੇ ਵਿਅਕਤੀਆਂ ਨੂੰ ਮਾਲਪੂੜੇ ਖਵਾਏ। ਮਾਲਪੂੜੇ ਉਹਨਾਂ ਨੂੰ ਬਹੁਤ ਹੀ ਚੰਗੇ ਲੱਗੇ। ਇਸੇ ਸਥਿਤੀ ਵਿੱਚ ਪਿੰਡ ਦੇ ਲੋਕਾਂ ਨੇ ਅਜਨਬੀਆਂ ਦੇ ਸਾਹਮਣੇ ਸ਼ਰਤ ਰੱਖੀ, ਜੇਕਰ ਤੁਸੀਂ ਸਾਨੂੰ ਇਹ ਜਾਦੂਈ ਚੱਕੀ ਦੇ ਦਿਓਗੇ ਤਾਂ ਹੀ ਅਸੀਂ ਤੁਹਾਨੂੰ ਮਾਲਪੂੜੇ ਦੇਵਾਂਗੇ। ਅਜਨਬੀ ਮੰਨ ਗਏ। ਪਿੰਡ ਵਾਲਿਆਂ ਦੀ ਲੋੜ ਸੀ ਲੂਣ। ਉਹ ਕਿਸ਼ਤੀ 'ਤੇ ਸਵਾਰ ਹੋਈ, ਚੱਕੀ ਨੂੰ ਕਿਸ਼ਤੀ 'ਚ ਰੱਖ ਕੇ ਉਸ ਕੋਲੋਂ ਲੂਣ ਦੀ ਮੰਗ ਕਰਕੇ ਚੱਕੀ ਚਲਾ ਦਿੱਤੀ। ਚੱਕੀ 'ਚੋਂ ਲੂਣ ਨਿਕਲਣ ਲੱਗਿਆ। ਇਹਨਾਂ ਲੋਕਾਂ ਨੂੰ ਚੱਕੀ ਚਲਾਉਣੀ ਤਾਂ ਆਉਂਦੀ ਸੀ, ਪਰ ਉਹਨੂੰ ਰੋਕਣ ਦੇ ਢੰਗ ਦਾ ਪਤਾ ਨਹੀਂ ਸੀ। ਸਿੱਟਾ ਇਹ ਨਿਕਲਿਆ ਕਿ ਲੂਣ ਦੇ ਭਾਰ ਨਾਲ ਕਿਸ਼ਤੀ ਅਤੇ ਉਹ ਲੋਕ ਸਮੁੰਦਰ 'ਚ ਡੁੱਬ ਗਏ। ਅੱਜ ਵੀ ਉਹ ਚੱਕੀ ਚੱਲ ਰਹੀ ਹੈ ਅਤੇ ਉਸ ਨਾਲ ਨਿਕਲ ਰਹੇ ਲੂਣ ਦੇ ਕਾਰਨ ਸਮੁੰਦਰ ਦਾ ਪਾਣੀ ਖਾਰਾ ਹੋ ਗਿਆ। ਇਸ ਕਹਾਣੀ ਦਾ ਪਾਠ ਪੂਰਾ ਹੋਣ ਦੇ ਬਾਅਦ ਮੈਂ ਗਲਤੀ ਨਾਲ ਆਪਣੇ ਟੀਚਰ ਤੋਂ ਇੱਕ ਸਵਾਲ ਪੁੱਛ ਬੈਠਾ ਕਿ ਸਰ, ਜੇਕਰ ਚੱਕੀ ਤੋਂ ਮਨਚਾਹੀ ਚੀਜ਼ ਮਿਲ ਸਕਦੀ ਸੀ ਤਾਂ ਉਹਨਾਂ ਅਜਨਬੀਆਂ ਨੇ ਉਸੇ ਤੋਂ ਹੀ ਮਾਲਪੂੜਾ ਕਿਉਂ ਨਹੀਂ ਮੰਗ ਲਿਆ?
ਇਸ ਸਵਾਲ ਦੇ ਜਵਾਬ 'ਚ ਮੈਨੂੰ ਖੂਬ ਡਟ ਕੇ ਝਿੜਕਾਂ ਪਈਆਂ ਅਤੇ ਉਸ ਦਿਨ ਤੋਂ ਬਾਅਦ ਮੈਂ ਜਮਾਤ 'ਚ ਸਵਾਲ ਪੁੱਛਣੇ ਬੰਦ ਕਰ ਦਿੱਤੇ। ਉਸ ਸਮੇਂ ਮੈਨੂੰ ਸਮਝ ਨਹੀਂ ਸੀ ਕਿ ਜਿਹੜਾ ਦਿਮਾਗ ਸਵਾਲ ਪੁੱਛਣੇ ਬੰਦ ਕਰ ਦਿੰਦਾ ਉਹ ਦਿਮਾਗ ਮਰ ਜਾਂਦਾ। ਫਿਰ ਜਿਉਂਦਾ ਸਰੀਰ ਅਤੇ ਮਰੇ ਹੋਏ ਦਿਮਾਗ ਦਾ ਕੋਈ ਤਾਲਮੇਲ ਨਹੀਂ ਹੋ ਸਕਦਾ। ਆਪਣੀ ਇਹ ਕਹਾਣੀ ਮੈਂ ਇਸ ਲਈ ਬਿਆਨ ਕਰ ਰਿਹਾ ਤਾਂ ਕਿ ਕੋਈ ਵੀ ਵਿਦਿਆਰਥੀ ਅਤੇ ਸਰਪ੍ਰਸਤ ਬੱਚਿਆਂ ਦੇ ਨਾਲ ਇੰਝ ਨਾ ਕਰੇ। ਅਗਲੀ ਕਹਾਣੀ। ਮਨ ਦੀ ਨਾ ਹੋਵੇ ਤਾਂ ਹੋਰ ਵੀ ਚੰਗਾ। ਇੱਕ ਦਿਨ ਮੈਂ ਆਪਣੇ ਘਰ 'ਚ ਬਣੇ ਛੋਟੇ ਜਿਹੇ ਮੰਦਰ ਵਿੱਚ ਜਾ ਕੇ ਈਸ਼ਵਰ ਦੇ ਸਾਹਮਣੇ ਮੱਥਾ ਟੇਕ ਕੇ ਬਿਨਾਂ ਕਿਸੇ ਝਿਜਕ ਦੇ ਯਸ਼ ਚੋਪੜਾ ਜੀ ਦੇ ਘਰ ਚਲਾ ਗਿਆ। ਬਗੈਰ ਕਿਸੇ ਲੁਕ ਲੁਕੋ ਦੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਕੋਲ ਕੰਮ ਦੇ ਲਈ ਆਇਆ। ਉਹ ਬੋਲੇ, ਮੈਂ ਤਾਂ ਫਿਲਹਾਲ ਕੋਈ ਫਿਲਮ ਨਹੀਂ ਬਣਾ ਰਿਹਾ, ਮੇਰਾ ਬੇਟਾ ਜ਼ਰੂਰ ਬਣਾ ਰਿਹਾ, ਉਸ 'ਚ ਤੁਹਾਡਾ ਸਵਾਗਤ ਹੈ। ਕੰਮ ਤੈਅ ਹੋ ਜਾਣ ਤੋਂ ਬਾਅਦ ਯਸ਼ ਜੀ ਨੇ ਪੁੱਛਿਆ, ਭਈਆ ਪੈਸੇ ਕਿੰਨੇ ਲਓਗੇ? ਮੈਂ ਉਹਨਾਂ ਨੂੰ ਕਿਹਾ, ਮੈਂ ਪੈਸਾ ਲੈਣ ਨਹੀਂ, ਤੁਹਾਡੇ ਕੋਲ ਕੰਮ ਲੈਣ ਆਇਆ ਸੀ, ਤੁਸੀਂ ਜੋ ਦੇ ਦਿਓਗੇ ਉਹੀ ਲੈ ਲਵਾਂਗਾ। ਇਸ ਤਰ੍ਹਾਂ ਮੈਂ ਮੁਹੱਬਤ ਫਿਲਮ 'ਚ ਕੰਮ ਕੀਤਾ। ਮੈਂ ਸਮਝਦਾ ਤੁਸੀਂ ਸਮਝ ਗਏ ਹੋਵੋਗੇ ਕਿ ਸ਼ਬਦ ਕਿਸ ਦੇ ਹਨ। ਜੀ ਹਾਂ, ਤੁਸੀਂ ਬਿਲਕੁਲ ਸਹੀ ਹੋ, ਇਹ ਜ਼ੋਰਦਾਰ ਅਤੇ ਸ਼ਾਨਦਾਰ ਸ਼ਬਦ ਹੋਰ ਕਿਸੇ ਦੇ ਨਹੀਂ ਬਲਕਿ ਫਿਲਮਾਂ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਹਨ। ਇਹ ਸ਼ਬਦ ਉਸ ਸਮੇਂ ਦੇ ਹਨ ਜਦੋਂ ਟੌਪ 'ਤੇ ਪਹੁੰਚਣ ਤੋਂ ਬਾਅਦ ਉਹ ਟੋਏ 'ਚ ਸਨ ਅਤੇ ਗਲੇ ਤੱਕ ਕਰਜ਼ੇ 'ਚ ਡੁੱਬੇ ਹੋਏ ਸਨ, ਲੇਕਿਨ ਸੁਪਰ ਹਿੱਟ ਹੀਰੋ ਦਾ ਹੰਕਾਰ ਉਹਨਾਂ ਨੂੰ ਖੁਦ ਜਾ ਕੇ ਕੰਮ ਮੰਗਣ ਤੋਂ ਰੋਕ ਨਹੀਂ ਸਕਿਆ। ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਇਸ ਮੁਹੱਬਤ ਫਿਲਮ ਦੇ ਬਾਅਦ ਹੀ ਅਮਿਤਾਭ ਬੱਚਨ ਨੂੰ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਮਿਲਿਆ, ਜਿਸ ਨੇ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਹਿੱਟ ਕਰ ਦਿੱਤਾ। ਜੇਕਰ ਉਸ ਦਿਨ ਅਮਿਤਾਭ ਯਸ਼ ਜੀ ਦੇ ਕੋਲ ਨਾ ਜਾਂਦੇ, ਪੱਕਾ ਜਾਣੋ ਉਹਨਾਂ ਨੂੰ ਅੱਜ ਦਾ ਇਹ ਦਿਨ ਨਸੀਬ ਨਾ ਹੁੰਦਾ। ਸੋਚਣ ਦੀ ਗੱਲ ਇਹ ਹੈ ਕਿ ਅਮਿਤਾਭ ਆਖਿਰ ਕਿਵੇਂ ਆਪਣੇ ਈਗੋ ਦੇ ਪਹਾੜ ਨੂੰ ਲੰਘ ਕੇ ਉੱਥੇ ਤੱਕ ਪਹੁੰਚ ਸਕੇ, ਕਿਸ ਸੋਚ ਨੇ ਉਹਨਾਂ ਤੋਂ ਅਜਿਹਾ ਕਰਵਾ ਲਿਆ। ਆਓ ਇਹਦੇ ਜਵਾਬ ਦੀ ਤਲਾਸ਼ ਉਹਨਾਂ ਦੇ ਇਸ ਕਥਨ ਵਿੱਚੋਂ ਕਰਦੇ ਹਾਂ ਕਿ ਮੈਂ ਡਰਾਈਵਿੰਗ ਲਾਇਸੈਂਸ ਲੈ ਕੇ ਮੁੰਬਈ ਆਇਆ ਸੀ, ਸੋਚਿਆ ਸੀ ਜੇਕਰ ਅਭਿਨੇਤਾ ਨਾ ਬਣ ਸਕਿਆ ਤਾਂ ਟੈਕਸੀ ਚਲਾ ਲਵਾਂਗਾ। ਜ਼ਾਹਿਰ ਹੈ ਜਿਸ ਦੇ ਲਈ ਕੰਮ ਕੰਮ 'ਚ ਕੋਈ ਫਰਕ ਨਾ ਹੋਵੇ ਉਹ ਕੋਈ ਵੀ ਕੰਮ ਮੰਗਣ ਦੇ ਲਈ ਕਿਸੇ ਦੇ ਕੋਲ ਵੀ ਪਹੁੰਚ ਜਾਏਗਾ। ਸੋ ਅਮਿਤਾਭ ਨੇ ਇਹੀ ਕੀਤਾ, ਪਹੁੰਚ ਗਏ ਯਸ਼ ਜੀ ਦੇ ਕੋਲ ਅਤੇ ਜਦੋਂ ਗੱਲ ਪੈਸਿਆਂ ਦੀ ਆਈ ਤਾਂ ਝਟਪਟ ਆਖ ਦਿੱਤਾ, ਮੈਂ ਕੰਮ ਮੰਗਣ ਆਇਆ, ਪੈਸਾ ਨਹੀਂ। ਤੁਹਾਨੂੰ ਗਲਤ ਲੱਗਦਾ ਹੋਏਗਾ ਕਿ ਕੀ ਮਜ਼ੇ ਅਤੇ ਸ਼ਾਨ ਹੈ ਇਸ ਹੀਰੋ ਦੀ, ਲੇਕਿਨ ਬਹੁਤ ਬੁਰੇ ਬੁਰੇ ਦਿਨਾਂ 'ਚੋਂ ਲੰਘ ਚੁੱਕੇ ਹਨ, ਉਹ ਸਰੀਰਕ ਵੀ, ਆਰਥਿਕ ਵੀ ਅਤੇ ਮਾਨਸਿਕ ਵੀ। ਕਿਸ ਨੇ ਸੰਭਾਲਿਆ ਉਹਨਾਂ ਨੂੰ ਇਹਨਾਂ ਬੁਰੇ ਦਿਨਾਂ 'ਚ? ਮੈਂ ਦੱਸਦਾ, ਉਹਨਾਂ ਨੂੰ ਸੰਭਾਲਿਆ ਉਹਨਾਂ ਦੇ ਪਿਤਾ ਹਰੀਵੰਸ਼ ਰਾਏ ਬੱਚਨ ਦੇ ਇਸ ਆਦਰਸ਼ ਵਾਕ ਨੇ ਕਿ ਆਪਣੇ ਮਨ ਦੀ ਹੋ ਜਾਏ ਤਾਂ ਚੰਗਾ, ਮਨ ਦੀ ਨਾ ਹੋਵੇ ਤਾਂ ਉਸ ਤੋਂ ਵੀ ਚੰਗਾ। ਬਿਹਤਰ ਹੋਏਗਾ ਕਿ ਅਸੀਂ ਸਭ ਵੀ ਆਪਣੇ ਆਪਣੇ ਲਈ ਇੱਕ ਇੱਕ ਅਜਿਹਾ ਕਥਨ ਤਲਾਸ਼ ਕਰ ਲਈਏ। ਧੰਨਵਾਦ।